ਦੇਖੋ ਅੱਜ ਕੱਲ੍ਹ ਗਾਣੇ ਤਾਂ ਬਹੁਤ ਸਾਰੇ ਆਉਂਦੇ ਨੇ, ਪਰ ਉਹਨਾਂ ਗਾਣਿਆਂ ਦੇ ਵਿੱਚੋਂ ਵੀ ਕੁਝ ਗਾਣੇ ਹੁੰਦੇ ਨੇ ਜਿਨ੍ਹਾਂ ਦੀ ਕੈਟੇਗਰੀ ਬਹੁਤ ਜ਼ਿਆਦਾ ਚੱਲਦੀ ਹੈ, ਅਤੇ ਅੱਜ ਕੱਲ੍ਹ ਲਗਭਗ ਸਾਰਿਆਂ ਨੂੰ ਹੀ ਜੋਸ਼ ਵਾਲੇ ਜੁਰਤ ਵਾਲੇ ਗਾਣੇ ਹੀ ਪਸੰਦ ਆਉਂਦੇ ਨੇ। ਹੁਣ ਇਹ ਜਿਹੜਾ ਗਾਣਾ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਇਸ ਗਾਣੇ ਦਾ ਨਾਮ ਹੈ ਏ ਟਾਊਨ। ਰੰਮੀ ਗਿੱਲ ਅਤੇ ਗੈਰੀ ਬਰਾੜ ਬਾਈ ਨੇ ਇਹ ਗਾਣਾ ਗਾਇਆ। ਇਸ ਗਾਣੇ ਦਾ ਨਾਮ ਏ ਟਾਊਨ ਕਿਉਂ ਰੱਖਿਆ ਗਿਆ? ਬੀ ਟਾਊਨ ਦੇ ਬਾਰੇ ਤਾਂ ਤੁਸੀਂ ਸਾਰੇ ਜਾਣਦੇ ਹੋ, ਬੀ ਟਾਊਨ 'ਤੇ ਕਾਫੀ ਸਾਰੇ ਗਾਣੇ ਬਣ ਵੀ ਚੁੱਕੇ ਨੇ। ਇਸ ਗਾਣੇ ਦੇ ਵਿੱਚ ਹੋਰ ਕੀ ਦੱਸਿਆ ਗਿਆ ਬਾਈ ਹੋਰਾਂ ਦੇ ਵੱਲੋਂ, ਇਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ, ਕਿਉਂਕਿ ਗੈਰੀ ਬਰਾੜ ਬਾਈ ਨੇ ਪਹਿਲਾਂ ਵੀ ਇੱਕ ਲਾਭ ਹੀਰੇ ਨੂੰ ਗਾਣਾ ਦਿੱਤਾ ਸੀ। ਉਸ ਗਾਣੇ ਦਾ ਨਾਮ ਸੀ ਚੜ੍ਹਦਾ ਸੂਰਜ, ਅਤੇ ਉਹ ਵੀ ਗਾਣਾ ਇੱਕ ਟਾਈਮ 'ਤੇ ਬਹੁਤ ਚੱਲਿਆ। ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਬਰਾਊਨੀ ਰੈਕਰਡਸ ਦੀ, ਕਿਉਂਕਿ ਬਾਈ ਹੋਰਾਂ ਦੇ ਸਾਰੇ ਗਾਣੇ ਇਸੇ ਚੈਨਲ 'ਤੇ ਆ ਰਹੇ ਨੇ। ਇਹਨਾਂ ਦੇ ਵਿੱਚੋਂ ਗੈਰੀ ਬਰਾੜ ਬਾਈ ਦਾ ਲਿਖਿਆ ਹੋਇਆ ਗਾਣਾ ਲਾਭ ਹੀਰੇ ਨੇ ਗਾਇਆ ਸੀ, ਉਸ ਗਾਣੇ ਦਾ ਨਾਮ ਸੀ ਚੜ੍ਹਦਾ ਸੂਰਜ, ਅਤੇ ਉਸ 'ਤੇ ਕਾਫੀ ਸਾਰੀਆਂ ਰੀਲਾਂ ਵੀ ਬਣੀਆਂ ਸੀ, ਕਾਫੀ ਚੱਲਿਆ ਸੀ ਟ੍ਰੈਂਡਿੰਗ 'ਤੇ ਉਹ ਵਾਲਾ ਗਾਣਾ। ਇਸ ਤੋਂ ਬਾਅਦ ਗਾਣਾ ਆਇਆ ਸੀ ਰੇਬਲ, ਜਿਹਦੇ ਵਿੱਚ ਸਟਾਰਟਿੰਗ ਦੇ ਵਿੱਚ ਸਿੱਧੂ ਬਾਈ ਨੂੰ ਇੱਕ ਤਰ੍ਹਾਂ ਦਾ ਟ੍ਰਿਬਿਊਟ ਦਿੱਤਾ ਗਿਆ ਸੀ। ਵੀਡੀਓ ਦੀ ਸਟਾਰਟਿੰਗ ਦੇ ਵਿੱਚ ਸਿੱਧੂ ਬਾਈ ਦੀ ਫੋਟੋ ਵੀ ਲਾਈ ਸੀ ਇਹਨਾਂ, ਅਤੇ ਹੁਣ ਜਿਹੜਾ ਰੀਸੈਂਟਲੀ ਗਾਣਾ ਆਇਆ ਉਹਦਾ ਨਾਮ ਹੈ ਏ ਟਾਊਨ। ਤੁਸੀਂ ਗਾਣੇ ਦੇ ਲਿਰਿਕਸ ਸੁਣੋਗੇ ਤਾਂ ਤੁਹਾਨੂੰ ਬਹੁਤ ਫਰੈਸ਼ ਵਾਈਬ ਮਿਲੂਗੀ, ਕਿਉਂਕਿ ਨਵੇਂ ਜੇ ਲਿਰਿਕਸ ਤੁਹਾਨੂੰ ਸੁਣਨ ਨੂੰ ਮਿਲਣਗੇ ਇਹਨਾਂ ਗਾਣਿਆਂ ਦੇ। ਹੁਣ ਇਸ ਗਾਣੇ ਦੀ ਜਦੋਂ ਸਟਾਰਟਿੰਗ ਹੁੰਦੀ ਹੈ ਉਦੋਂ ਸੋਨੂੰ ਸੀਤੋ ਵਾਲੇ ਦੇ ਬਾਰੇ ਤੁਸੀਂ ਜਾਣਦੇ ਹੋ, ਉਹਦੀ ਆਵਾਜ਼ ਪਾਈ ਗਈ ਹੈ ਇਸ ਗਾਣੇ ਦੇ ਵਿੱਚ। ਤੇ ਗਾਣੇ ਦੀ ਵੀਡੀਓ ਦੇ ਵਿੱਚ ਵੀ ਕਾਫੀ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਣਗੀਆਂ, ਜਿਵੇਂ ਕਿ ਇਨਫੀਲਡ ਪਲਾਜ਼ਾ। ਗਾਣੇ 'ਚ ਮਹਿੰਗੀਆਂ ਮਹਿੰਗੀਆਂ ਗੱਡੀਆਂ ਵੀ ਦਿਖਣਗੀਆਂ, ਲੋਕੇਸ਼ਨਸ ਵੀ ਬਹੁਤ ਘੈਂਟ ਦਿਖੂਗੀ ਤੁਹਾਨੂੰ। ਤੇ ਜੇਕਰ ਆਪਾਂ ਗਾਣੇ ਦੇ ਲਿਰਿਕਸ ਦੇ ਬਾਰੇ ਗੱਲ ਕਰੀਏ ਤਾਂ ਇਹ ਲਿਰਿਕਸ ਵੀ ਪੂਰੇ ਜੁਰਤ ਵਾਲੇ ਨੇ, ਜਿਵੇਂ ਕਿ ਬਾਈ ਨੇ ਗਾਣੇ ਦੇ ਵਿੱਚ ਕਿਹਾ ਕਿ ਜੇ ਵੇਖਣਾ ਤਮਾਸ਼ਾ ਸਾਨਾ ਵਾਲੇ ਭੇਡ ਦਾ, ਤੇ ਫਿਰ ਮਾਰਲੀ ਰਕਾਨੇ ਗੇੜਾ ਐਡੀਲੇਡ ਦਾ। ਐਡੀਲੇਡ ਆਸਟ੍ਰੇਲੀਆ ਦੀ ਇੱਕ ਜਗ੍ਹਾ ਹੈ ਜਿਹੜੀ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਫੋਟੋਜ਼। ਇਹ ਬਹੁਤ ਸੋਹਣਾ ਸ਼ਹਿਰ ਆਪਾਂ ਕਹਿ ਸਕਦੇ ਹਾਂ, ਇਸ ਜਗ੍ਹਾ 'ਤੇ ਬਹੁਤ ਸਾਰੇ ਲੋਕ ਆਪਣੇ ਪੰਜਾਬੀ ਰਹਿੰਦੇ ਵੀ ਨੇ, ਅਤੇ ਇਹ ਗਾਣਾ ਤੁਸੀਂ ਪੂਰਾ ਯੂਟਿਊਬ 'ਤੇ ਜਾ ਕੇ ਸੁਣ ਸਕਦੇ ਹੋ ਬਰਾਊਨੀ ਰੈਕਰਡਸ ਦੇ ਚੈਨਲ 'ਤੇ। ਜੇਕਰ ਇਸ ਗਾਣੇ ਦੇ ਵਿੱਚ ਮੇਰੇ ਫੇਵਰੇਟ ਲਾਈਨ ਦੱਸਾਂ ਤਾਂ ਉਹ ਇਹ ਹੈ ਕਿ ਕਦੇ ਲੱਕ ਦੇ ਹਲਾਰਿਆਂ ਤੋਂ ਸੁੱਟਿਆ ਨਹੀਂ ਆਨਾ, ਨੋਟ ਬੇਲਾਂ ਉੱਤੇ ਲੱਗਦੇ ਨੇ ਜਾਂ ਫਿਰ ਗੱਡ ਖਾਨਿਆਂ 'ਤੇ ਲੱਗਦੇ ਨੇ। ਧੁੱਪ ਵਿੱਚ ਸ਼ਾਈਨ ਕਰਦੀ ਹੈ ਬੱਕੀ, ਤੇ ਫਿਰ ਬਾਈ ਨੇ ਆਪਣੀਆਂ ਗੱਡੀਆਂ ਦੇ ਬਾਰੇ ਦੱਸਿਆ ਕਿ ਗਿੱਲ ਗੋਤ ਦੀ ਕਸਟਮ ਪਲੇਟ ਵੀ ਲਵਾਈ ਹੈ। ਹੁਣ ਤੁਸੀਂ ਇਹ ਵਾਲਾ ਗਾਣਾ ਜਾ ਕੇ ਬਰਾਊਨੀ ਰੈਕਟਸ ਦੇ ਚੈਨਲ ਤੇ ਸੁਣ ਸਕਦੇ ਹੋ। ਗਾਣੇ ਦਾ ਨਾਮ ਹੈ ਏ ਟਾਊਨ, ਏ ਟਾਊਨ ਦਾ ਮਤਲਬ ਹੈ ਐਡੀਲੇਡ, ਤੇ ਐਡੀਲੇਡ ਆਸਟ੍ਰੇਲੀਆ ਦੀ ਹੀ ਇੱਕ ਜਗ੍ਹਾ ਹੈ। ਜੇਕਰ ਤੁਸੀਂ ਇਸ ਗਾਣੇ ਨੂੰ ਸੁਣ ਚੁੱਕੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਗਾਣਾ ਕਿੱਦਾਂ ਲੱਗਿਆ। ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ, ਜੇਕਰ ਤੁਸੀਂ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਇੱਦਾਂ ਦੀਆਂ ਬਹੁਤ ਸਾਰੀਆਂ ਵੀਡੀਓਜ਼ ਇਸ ਚੈਨਲ 'ਤੇ ਮਿਲ ਜਾਣਗੀਆਂ।